शिव के दरवाजे चैनल ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੇ ਦਿਨ ਮਹਾ ਸ਼ਿਵਰਾਤਰੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅੱਜ ਦੇ ਦਿਨ ਆਪਾਂ ਕੀ ਖਾਸ ਕਰੀਏ ਕਿ ਆਪਣੀ ਹਰ ਇੱਕ ਮੁਰਾਦ ਪੂਰੀ ਹੋ ਸਕੇ ਕਿਉਂਕਿ ਬਹੁਤ ਸਾਰੇ ਲੋਕ ਮਹਾ ਸ਼ਿਵਰਾਤਰੀ ਦਾ ਵਰਤ ਵੀ ਰੱਖਦੇ ਨੇ ਉਹ ਵਰਤ ਲੋਕ ਇਸੇ ਕਰਕੇ ਰੱਖਦੇ ਨੇ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਜੋ ਵੀ ਮਨੋ ਕਾਮਨਾ ਨੇ ਮੁਰਾਦਾ ਨੇ ਉਹ ਪੂਰੀਆਂ ਹੋ ਸਕਣ ਤੇ ਅੱਜ ਦੇ ਦਿਨ ਆਪਾਂ ਕੀ ਖਾਸ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਲੜਕਾ ਸੀ ਜਿਸ ਦੀ ਉਮਰ 17-18 ਸਾਲ ਸੀ ਉਹ ਲੜਕਾ ਬਹੁਤ ਹੀ ਸਮਝਦਾਰ ਸੀ ਉਸ ਲੜਕੇ ਨੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਤਾਂ ਬਹੁਤ ਸੋਚਦਾ ਸੀ ਜਦੋਂ ਕਿਸੇ ਦੁਕਾਨਦਾਰ ਤੋਂ ਕੋਈ ਸਮਾਨ ਲੈਣਾ ਹੁੰਦਾ ਬਹੁਤ ਸੋਚਦਾ ਸੀ ਤੇ ਜਾਣੀ ਕਿ ਉਹ ਲੜਕਾ ਇੱਕ ਵਪਾਰੀ ਸੀ ਉਸ ਲੜਕੇ ਦਾ ਕੰਮ ਕਾਰਾਂ ਦਾ ਸੀ ਉਹ ਲੜਕਾ ਕਾਰਾਂ ਲਿਆਉਂਦਾ ਤੇ ਕਾਰਾਂ ਲਿਆ ਕੇ ਇੱਥੇ ਵੇਚ ਦਿੰਦਾ ਸੀ ਉਸ ਲੜਕੇ ਦਾ ਕੰਮ ਵੀ ਵਧੀਆ ਚੱਲ ਰਿਹਾ ਸੀ ਉਸ ਨੂੰ ਪੈਸੇ ਵੀ ਵਧੀਆ ਬਣ ਰਹੇ ਸੀ ਉਸ ਲੜਕੇ ਦੇ ਮਾਪੇ ਉਸ ਦਾ ਬਹੁਤ ਧਿਆਨ ਰੱਖਦੇ ਸੀ ਉਸ ਲੜਕੇ ਦਾ ਪਿਤਾ ਆਪਣਾ ਕੰਮ ਕਰਦਾ ਸੀ ਤੇ ਜੋ ਉਸ ਦੀ ਮਾਤਾ ਸੀ ਉਹ ਘਰ ਦੇ ਵਿੱਚ ਰਹਿ ਕੇ ਉਹਨਾਂ ਲਈ ਖਾਣਾ ਬਣਾਉਂਦੀ ਤੇ ਘਰ ਦੇ ਕੰਮ ਕਰਦੀ ਸੀ ਉਹ ਲੜਕਾ ਰੱਬ ਨੂੰ ਵੀ ਬਹੁਤ ਮੰਨਦਾ ਸੀ ਉਹ ਜਦੋਂ ਵੀ ਕਿਸੇ ਰੱਬ ਦੇ ਘਰ ਜਾਂਦਾ ਉੱਥੇ ਜਾ ਕੇ ਸਲਾਮ ਕਰਦਾ ਵਧੀਆ ਤਰੀਕੇ ਦੇ ਨਾਲ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੁਣ ਕੰਮ ਤਾਂ ਉੱਪਰ ਥੱਲੇ ਹੁੰਦੇ ਹੀ ਰਹਿੰਦੇ ਨੇ ਇੱਕ ਇਦਾਂ ਦਾ ਸਮਾਂ ਆਇਆ ਕਿ ਉਹ ਲੜਕਾ ਆਪਣੇ ਕੰਮ ਨੂੰ ਲੈ ਕੇ ਪਰੇਸ਼ਾਨ ਰਹਿਣ ਲੱਗ ਗਿਆ ਕਿ ਉਸ ਦਾ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਸੀ ਉਹ ਲੜਕਾ ਖਿਜਿਆ ਖਿਜਿਆ ਰਹਿਣ ਲੱਗ ਪਿਆ ਉਸ ਨੂੰ ਜਦੋਂ ਵੀ ਕੋਈ ਬੁਲਾਉਂਦਾ ਸੀ ਉਹ ਹਮੇਸ਼ਾ ਖਿਜ ਕੇ ਬੋਲਦਾ ਸੀ ਕਿਉਂਕਿ ਜਦੋਂ ਵੀ ਦਿਮਾਗ ਤੇ ਕੋਈ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਇਸੇ ਤਰ੍ਹਾਂ ਉਹ ਲੜਕੇ ਦੇ ਨਾਲ ਹੁੰਦਾ ਸੀ ਕੰਮ ਬਿਲਕੁਲ ਮੰਦਾ ਸੀ ਤੇ ਦਿਮਾਗ ਦੇ ਉੱਪਰ ਟੈਨਸ਼ਨਾਂ ਸੀ ਇਸ ਕਰਕੇ ਜਦੋਂ ਵੀ ਉਸ ਨੂੰ ਕੋਈ ਬੁਲਾਉਂਦਾ ਤੇ ਹਮੇਸ਼ਾ ਉਸ ਨਾਲ ਬੁਰਾ ਹੀ ਬੋਲਦਾ ਸੀ ਚਾਹੇ ਫਿਰ ਉਸ ਲੜਕੇ ਨੂੰ ਕੋਈ ਵੀ ਬੁਲਾ ਰਿਹਾ ਹੋਵੇ ਹੁਣ ਉਹ ਲੜਕਾ ਰੱਬ ਨੂੰ ਮੰਨਣ ਵਾਲਾ ਸੀ ਤੇ ਸੋਚਦਾ ਹੈ ਕਿ ਚਲੋ ਰੱਬ ਦੇ ਘਰ ਹੀ ਜਾਂਦੇ ਹਾਂ ਉੱਥੇ ਜਾ ਕੇ ਰੱਬ ਅੱਗੇ ਦੁਆ ਫਰਿਆਦ ਕਰਦੇ ਹਾਂ ਉਹ ਲੜਕਾ ਵਿਚਾਰਾ ਆਪਣੇ ਘਰੋਂ ਉੱਠਦਾ ਹੈ ਘਰੋਂ ਉੱਠ ਕੇ ਉਹ ਰੱਬ ਦੇ ਘਰ ਵੱਲ ਨੂੰ ਤੁਰ ਪੈਂਦਾ ਤੇ ਉਸਦੀ ਮਾਂ ਉਸ ਨੂੰ ਪੁੱਛਦੀ ਹੈ ਕਿ ਪੁੱਤ ਤੂੰ ਕਿੱਥੇ ਜਾ ਰਿਹਾ ਕਿਉਂਕਿ ਜੋ ਮਾਵਾਂ ਹੁੰਦੀਆਂ ਨੇ ਉਹ ਪਹਿਲਾਂ ਹੀ ਚਿਹਰੇ ਤੋਂ ਪੜ ਲੈਂਦੀਆਂ ਨੇ ਕਿ ਅੱਜ ਮੇਰਾ ਪੁੱਤ ਪਰੇਸ਼ਾਨ ਤਾਂ ਉਸਦੀ ਮਾਂ ਪੁੱਛਦੀ ਹੈ ਕਿ ਕਿੱਧਰ ਚੱਲਿਆ ਤਾਂ ਉਹ ਲੜਕਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕਿਤੇ ਨਹੀਂ ਚੱਲਦਾ ਤੁਸੀਂ ਐਵੇਂ ਮੈਨੂੰ ਹਰ ਇੱਕ ਕੰਮ ਲਈ ਪਿੱਛੋ ਆਵਾਜ਼ ਮਾਰਦੇ ਹੋ ਇਸੇ ਕਰਕੇ ਮੇਰਾ ਕੋਈ ਕੰਮ ਨਹੀਂ ਬੰਦਦਾ ਆਪਣੀ ਮਾਂ ਨੂੰ ਉਹ ਗੁੱਸੇ ਦੇ ਵਿੱਚ ਬੋਲ ਕੇ ਉੱਥੋਂ ਚੱਲਿਆ ਜਾਂਦਾ ਤੇ ਜਾ ਕੇ ਰੱਬ ਦੇ ਘਰ ਆਪਣੀ ਦੁਆ ਫਰਿਆਦ ਕਰਦਾ ਦੁਆ ਫਰਿਆਦ ਕਰਨ ਲੱਗੇ 10 ਰੁਪਏ ਦਾ ਨੋਟ ਉੱਥੇ ਮੱਥਾ ਵੀ ਟੇਕ ਦਿੰਦਾ ਜਦੋਂ ਦੁਆ ਫਰਿਆਦ ਕਰਕੇ ਰੱਬ ਦੇ ਘਰ ਤੋਂ ਬਾਹਰ ਆਉਂਦਾ ਹੈ ਉੱਥੇ ਉਸ ਨੂੰ ਇੱਕ ਫਕੀਰ ਮਿਲਦਾ ਹੈ ਉਹ ਫਕੀਰ ਕਹਿੰਦਾ ਹੈ ਕਿ ਮੈਨੂੰ ਕੁਝ ਦਿਓ ਤਾਂ ਉਹ ਲੜਕਾ ਉਸ ਫਕੀਰ ਨੂੰ 10 ਰੁਪਏ ਦੇ ਦਿੰਦਾ ਹੈ ਤੇ ਉਹ ਫਕੀਰ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਚਾਹ ਵੀ ਪਿਆ ਦਿਓ ਤਾਂ ਉਹ ਲੜਕਾ ਵਿਚਾਰਾ ਚਾਹ ਪਿਆ ਦਿੰਦਾ ਤੇ ਚਾਹ ਉਹ ਲੜਕਾ ਆਪ ਵੀ ਉੱਥੇ ਖੜ ਕੇ ਪੀਣ ਲੱਗ ਜਾਂਦਾ ਦੋਨੋਂ ਚਾਹ ਪੀਂਦੇ ਪੀਂਦੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਫਕੀਰ ਬਾਬਾ ਉਸ ਲੜਕੇ ਨੂੰ ਪੁੱਛਦਾ ਹੈ ਕਿ ਤੂੰ ਪਰੇਸ਼ਾਨ ਲੱਗ ਰਿਹਾ ਹੈ ਉਹ ਲੜਕਾ ਕਹਿੰਦਾ ਹੈ ਕਿ ਮੇਰਾ ਕੰਮ ਬਿਲਕੁਲ ਖਤਮ ਹੋ ਚੁੱਕਿਆ ਬਾਬਾ ਸਮਝ ਨਹੀਂ ਆਉਂਦੀ ਕਿ ਕਰਾਂ ਕੀ ਹੁਣ ਜੋ ਫਕੀਰ ਦੁਨੀਆਦਾਰਾਂ ਨਾਲੋਂ ਆਪਣੇ ਰੌਲੇ ਖਤਮ ਕਰਕੇ ਬੈਠੇ ਨੇ ਉਹ ਲੋਕ ਦੁਨੀਆਦਾਰਾਂ ਦੇ ਤਤ ਕੱਢ ਕੇ ਬੈਠੇ ਨੇ ਉਹ ਫਕੀਰ ਉੱਪਰ ਵੱਲ ਵੇਖਦਾ ਤੇ ਉਸ ਲੜਕੇ ਨੂੰ ਕਹਿੰਦਾ ਕਿ ਪੁੱਤ ਜੋ ਵੀ ਮਾਲਕ ਨੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਉਹ ਤੈਨੂੰ ਮਿਲਣਾ ਜ਼ਰੂਰ ਹੈ ਪਰ ਇੱਕ ਗੱਲ ਯਾਦ ਰੱਖੀ ਇਹ ਸਮਾਂ ਤੇ ਸਮੇਂ ਦੇ ਨਾਲ ਹਮੇਸ਼ਾ ਆਪਣੇ ਆਪ ਨੂੰ ਬਦਲਣਾ ਸਿੱਖੋ ਜੇਕਰ ਤੁਹਾਡੇ ਵਿੱਚ ਕੋਈ ਵੀ ਕਮੀ ਹੈ ਤੁਹਾਡਾ ਕੰਮ ਨਹੀਂ ਸਹੀ ਚੱਲ ਰਿਹਾ ਉਸ ਦਾ ਕਾਰਨ ਬਾਹਰ ਨਹੀਂ ਆਪਣੇ ਅੰਦਰ ਲੱਭੋ ਉਹ ਫਕੀਰ ਦੀ ਗੱਲ ਉਸ ਲੜਕੇ ਨੇ ਧਿਆਨ ਦੇ ਨਾਲ ਸੁਣੀ ਉਹ ਲੜਕਾ ਘਰ ਜਾਂਦਾ ਹੈ ਘਰ ਜਾ ਕੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਗੋਤਾ ਲਾਉਂਦਾ ਹੈ ਤੇ ਦੇਖਦਾ ਹੈ ਕਿ ਮੇਰੀ ਕਿੱਥੇ ਗਲਤੀ ਹੈ ਜਿਹਦੇ ਕਾਰਨ ਮੇਰਾ ਕੰਮ ਨਹੀਂ ਚੱਲਦਾ ਪਾ ਸਭ ਤੋਂ ਪਹਿਲੀ ਗਲਤੀ ਉਸ ਨੂੰ ਨਜ਼ਰ ਆਉਂਦੀ ਹੈ ਕਿ ਮੈਂ ਆਪਣੇ ਮਾਪੇ ਨੂੰ ਗਲਤ ਬੋਲਦਾ ਚਾਹੇ ਮੈਂ ਲੱਖ ਇੱਛਾਵਾਂ ਮੰਦਰ ਜਾ ਕੇ ਮੰਗਦਾ ਗੁਰੂ ਘਰ ਜਾ ਕੇ ਮੰਗਦਾ ਪਰ ਮੈਂ ਆਪਣੇ ਮਾਪੇ ਨੂੰ ਹਮੇਸ਼ਾ ਗਲਤ ਬੋਲਦਾ ਸਭ ਤੋਂ ਪਹਿਲੀ ਗਲਤੀ ਉਹ ਇਹ ਸੁਧਾਰਦਾ ਜਦੋਂ ਆਪਣੇ ਅੰਦਰ ਉਹ ਫਿਰ ਦੂਸਰੀ ਗਲਤੀ ਲੱਭਦਾ ਤੇ ਉਸ ਨੂੰ ਨਜ਼ਰ ਆਉਂਦੀ ਹੈ ਕਿ ਗੱਡੀਆਂ ਤਾਂ ਕੋਈ ਵਿਰਲਾ ਵਾਂਝਾ ਹੀ ਖਰੀਦਦਾ ਜਿਆਦਾ ਤਾਂ ਲੋਕ ਮੋਟਰਸਾਈਕਲ ਇਦਾਂ ਦਾ ਕੁਝ ਖਰੀਦੇ ਨੇ ਤੇ ਉਹ ਕਾਰਾਂ ਦੇ ਨਾਲ ਮੋਟਰਸਾਈਕਲਾਂ ਦਾ ਕੰਮ ਵੀ ਸ਼ੁਰੂ ਕਰਦਾ ਤੇ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲ ਲੈਂਦਾ ਤੇ ਬਾਅਦ ਦੇ ਵਿੱਚ ਉਸ ਲੜਕੇ ਦਾ ਕੰਮ ਹੌਲੀ-ਹੌਲੀ ਸਹੀ ਚੱਲਣ ਲੱਗ ਜਾਂਦਾ ਹੈ। ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਚਾਹੇ ਆਪਾਂ ਆਪਣੀ ਕੋਈ ਵੀ ਇੱਛਾ ਪੂਰੀ ਕਰਨਾ ਚਾਹੁੰਦੇ ਆਂ, ਆਪਾਂ ਨੂੰ ਇਸ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ।